ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸ੍ਰੋਤਿਆਂ ਦਾ ਇਹ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਨੈਪੋਲੀਅਨ ਹਿੱਲ ਦੁਆਰਾ ਲਿਖੀ ਕਿਤਾਬ ਅਮੀਰੀ ਦੀ ਚਾਬੀ ਦਿਮਾਗ ਦਾ ਉਪਜਾਊ ਖੇਤ ਸਿੱਟੇ ਵੱਜੋਂ ਮੈਂ ਤੁਹਾਨੂੰ ਸੰਖੇਪ ਵਿੱਚ ਦੱਸ ਦਿਆਂ ਕਿ ਮੈਂ ਅਹਿਮ ਦੇ ਵਿਸ਼ੇ ਬਾਰੇ ਕੀ ਕਿਹਾ ਹੈ ਮੈਂ ਤੁਹਾਡਾ ਧਿਆਨ ਇਸ ਵੱਲ ਦਿਵਾਉਣਾ ਚਾਹੂੰਗਾ ਕਿ ਦਿਮਾਗ ਇੱਕ ਉਪਜਾਊ ਖੇਤ ਵਾਂਗ ਹੈ ਜਿੱਥੇ ਵਿਅਕਤੀ ਅਰਸ਼ੀਲ ਆਸਥਾਦਿਆਂ ਸਾਰੀਆਂ ਸਕਾਰਾਤਮਕ ਪ੍ਰੇਰਨਾਵਾਂ ਨੂੰ ਵਿਕਸਿਤ ਕਰ ਸਕਦਾ ਹੈ ਜੇ ਉਹ ਜਿਹਾ ਨਹੀਂ ਕਰਦਾ ਤਾਂ ਇਹ ਉਪਜਾਊ ਖੇਤ ਡਰ ਸ਼ੱਕ ਅਤੇ ਫੈਸਲਾ ਨਾ ਕਰ ਸਕਣ ਵਾਲਿਆਂ ਦੀ ਨਕਾਰਾਤਮਕ ਫਸਲ ਪੈਦਾ ਕਰ ਦੇਵੇਗਾ ਜੋ ਅਸਫਲਤਾ ਵੱਲ ਲੈ ਜਾਏਗੀ ਤੁਸੀਂ ਇਸ ਦੁਨੀਆ ਵਿੱਚ ਕੀ ਹਾਸਲ ਕਰਨਾ ਚਾਹੁੰਦੇ ਹੋ ਇਹ ਤੁਹਾਡੇ ਉੱਪਰ ਨਿਰਪਰ ਕਰਦਾ ਹੈ ਅਮੀਰੀ ਦੀ ਚਾਬੀ ਹੁਣ ਤੁਹਾਡੇ ਹੱਥ ਵਿੱਚ ਹੈ ਤੁਸੀਂ ਉਸ ਆਖਰੀ ਦਰਵਾਜ਼ੇ ਸਾਹਮਣੇ ਖੜੇ ਹੋ ਜਿਸ ਨੇ ਤੁਹਾਨੂੰ ਸੁੱਖ ਤੋਂ ਦੂਰ ਰੱਖਿਆ ਹੋਇਆ ਹੈ ਪਰ ਇਹ ਦਰਵਾਜ਼ਾ ਤੁਹਾਡੇ ਲਈ ਤਰ ਤੱਕ ਨਹੀਂ ਖੁੱਲੇਗਾ ਜਰ ਤੱਕ ਤੁਸੀਂ ਉਸ ਨੂੰ ਨਹੀਂ ਖੋਲੋਗੇ ਤੁਸੀਂ ਇਸ ਫਲਸਫੀ ਦੇ 17 ਸਿਧਾਂਤਾਂ ਉੱਪਰ ਅਮਲ ਕਰਕੇ ਅਮੀਰੀ ਦੀ ਚਾਬੀ ਦੀ ਵਰਤੋਂ ਕਰਨੀ ਹੋਵੇਗੀ ਹੁਣ ਤੁਹਾਡੇ ਕੋਲ ਜ਼ਿੰਦਗੀ ਦੀ ਇੱਕ ਜਹੀ ਫਿਲਾਸਫੀ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਹਰ ਮੁਸ਼ਕਲ ਸੁਲਝਾ ਸਕਦੇ ਹੋ ਇਸ ਫਿਲਾਸਫੀ ਦੇ ਸਿਧਾਂਤਾਂ ਦੇ ਤਾਲਮੇਲ ਨਾਲ ਹੀ ਹਰ ਖੇਤਰ ਦੇ ਹਰ ਸਫਲ ਵਿਅਕਤੀ ਨੇ ਸਫਲਤਾ ਪ੍ਰਾਪਤ ਕੀਤੀ ਹੈ ਹਾਲਾਂਕਿ ਹੋ ਸਕਦਾ ਹੈ ਕਿਈਆਂ ਨੇ ਇਹਨਾਂ 17 ਸਿਧਾਂਤਾਂ ਦਾ ਨਾਮ ਜਾਣੇ ਬਿਨਾਂ ਹੀ ਇਹਨਾਂ ਦੀ ਵਰਤੋਂ ਕੀਤੀ ਹੈ ਇਸ ਫਿਲਾਸਫੀ ਵਿੱਚ ਸਫਲਤਾ ਦਾ ਕੋਈ ਵੀ ਜ਼ਰੂਰੀ ਤੱਤ ਨਹੀਂ ਛੱਡਿਆ ਗਿਆ ਹੈ ਇਸ ਵਿੱਚ ਔਖੇ ਸ਼ਬਦਾਂ ਤੋਂ ਪਰਹੇਜ਼ ਕੀਤਾ ਗਿਆ ਹੈ ਤਾਂ ਕਿ ਆਮ ਆਦਮੀ ਦੁਬਿਧਾ ਵਿੱਚ ਨਾ ਪਵੇ। ਇਸ ਫਿਲਾਸਫੀ ਦਾ ਉਦੇਸ਼ ਵਿਅਕਤੀ ਨੂੰ ਵਰਤਮਾਨ ਸਥਿਤੀ ਨਾਲ ਮਨਚਾਹੀ ਸਥਿਤੀ ਤੱਕ ਪਹੁੰਚਣ ਵਿੱਚ ਸਮਰੱਥ ਬਣਾਉਣਾ ਹੈ। ਆਰਥਿਕ ਦ੍ਰਿਸ਼ਟੀ ਤੋਂ ਵੀ ਅਤੇ ਅਧਿਆਤਮਿਕ ਨਜ਼ਰ ਤੋਂ ਵੀ ਇਸ ਤਰ੍ਹਾਂ ਇਹ ਵਿਅਕਤੀ ਨੂੰ ਉਸ ਬਲਵਾਨ ਜੀਵਨ ਦੇ ਆਨੰਦ ਲਈ ਤਿਆਰ ਕਰਦੀ ਹੈ ਜਿਸ ਨੂੰ ਪ੍ਰਮਾਤਮਾ ਨੇ ਆਨੰਦ ਲੈਣ ਲਈ ਦਿੱਤਾ ਹੈ। ਇਹ ਸਾਰੀਆਂ ਦੌਲਤਾਂ ਨੂੰ ਹਾਸਲ ਕਰਨ ਵੱਲ ਲੈ ਜਾਂਦੀ ਹੈ ਜਿਸ ਵਿੱਚ 12 ਸਭ ਤੋਂ ਮਹੱਤਵਪੂਰਨ ਦੌਲਤਾਂ ਸ਼ਾਮਲ ਹਨ ਦੁਨੀਆ ਨੂੰ ਦਾਰਸ਼ਨਿਕਾਂ ਤੋਂ ਬਹੁਤ ਲਾਭ ਹੋਇਆ ਹੈ ਪਲੇਟੋ ਸੋਕਰਾਟ ਕੋਪਰਨਿਕਸ ਰਸਤੂ ਅਤੇ ਹੋਰ ਚਿੰਤਕਾਂ ਤੋਂ ਲੈ ਕੇ ਰਾਲਫ ਵਾਲਡੋ ਇਮਰਸਨ ਅਤੇ ਵਿਲੀਅਮ ਜੇਮਸ ਤੱਕ ਬਹੁਤ ਸਾਰੇ ਦਾਰਸ਼ਨਿਕਾਂ ਨੇ ਦੁਨੀਆ ਨੂੰ ਲਾਭ ਪਹੁੰਚਾਇਆ ਹੈ ਹੁਣ ਦੁਨੀਆ ਕੋਲ ਵਿਅਕਤੀਗਤ ਸਫਲਤਾ ਦੀ ਪਹਿਲੀ ਪੂਰੀ ਅਤੇ ਠੋਸ ਫਿਲਾਸਫੀ ਹੈ। ਇਹ ਵਿਅਕਤੀ ਨੂੰ ਅਜਿਹੇ ਵਿਹਾਰਕ ਸਾਧਨ ਪ੍ਰਦਾਨ ਕਰਦੀ ਹੈ ਜਿਸ ਰਾਹੀਂ ਉਹ ਆਪਣੇ ਦਿਮਾਗ ਦਾ ਪੂਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਸਕਦਾ ਹੈ। ਇਹ ਵਿਅਕਤੀ ਨੂੰ ਅਜਿਹੇ ਵਿਹਾਰਕ ਸਾਧਨ ਪ੍ਰਦਾਨ ਕਰਦੀ ਹੈ ਜਿਸ ਰਾਹੀਂ ਉਹ ਆਪਣੇ ਦਿਮਾਗ ਦਾ ਪੂਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਸਕਦਾ ਹੈ ਅਤੇ ਜਿਸ ਦੀ ਮਦਦ ਨਾਲ ਉਹ ਮਾਨਸਿਕ ਸ਼ਾਂਤੀ ਮਨੁੱਖੀ ਸਬੰਧਾਂ ਵਿੱਚ ਇੱਕ ਸਾਰਤਾ ਆਰਥਿਕ ਸੁਰੱਖਿਆ ਅਤੇ ਸੁਖ ਹਾਸਲ ਕਰ ਸਕਦਾ ਹੈ ਮੈਂ ਤੁਹਾਡਾ ਧਿਆਨ ਇਸ ਤਰਫ ਦਿਵਾਉਣਾ ਚਾਹੁੰਦਾ ਹਾਂ ਕਿ 17 ਸਿਧਾਂਤਾਂ ਦੇ ਇਸ ਵਿਸ਼ਲੇਸ਼ਣ ਵਿੱਚ ਅਸੀਂ ਜਿਆਦਾ ਮਹੱਤਵਪੂਰਨ ਸਿਧਾਂਤਾਂ ਦਾ ਬਾਰ-ਬਾਰ ਜ਼ਿਕਰ ਕੀਤਾ ਹੈ ਇਹ ਦੁਹਰਾ ਸੰਜੋਗਪੂਰਨ ਨਹੀਂ ਹੋਇਆ ਅਸੀਂ ਸਿਧਾਂਤਾਂ ਨੂੰ ਜਾਣਬੁੱਝ ਕੇ ਦੁਹਰਾਇਆ ਹੈ ਇਹ ਜ਼ਰੂਰੀ ਸੀ ਕਿਉਂਕਿ ਇਨਸਾਨ ਵਿੱਚ ਇਹ ਪ੍ਰਵਿਰਤੀ ਹੁੰਦੀ ਹੈ ਕਿ ਉਹ ਨਵੇਂ ਵਿਚਾਰਾਂ ਜਾਂ ਪ੍ਰਾਣੀਆਂ ਸਚਾਈਆਂ ਦੇ ਨਵੇਂ ਵਿਸ਼ਲੇਸ਼ਣ ਤੋਂ ਪਹਿਲੀ ਬਾਰ ਪ੍ਰਭਾਵਿਤ ਨਹੀਂ ਹੁੰਦਾ ਦੁਹਰਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਇਹ 17 ਸਿਧਾਂਤ ਜੰਜੀਰ ਦੀਆਂ ਕੜੀਆਂ ਵਾਂਗ ਆਪਸ ਵਿੱਚ ਜੁੜੇ ਹਨ ਹਰ ਸਿਧਾਂਤ ਆਪਣੇ ਪਹਿਲਾਂ ਵਾਲੇ ਅਤੇ ਆਪਣੇ ਬਾਅਦ ਵਾਲੇ ਸਿਧਾਂਤ ਨਾਲ ਜੁੜਿਆ ਹੈ ਅਤਿਅੰਤ ਵਿੱਚ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਵਿਚਾਰਾਂ ਦਾ ਦੁਹਰਾਵ ਪ੍ਰਭਾਵੀ ਸਿੱਖਿਆ ਦਾ ਮੂਲ ਸਿਧਾਂਤ ਹੈ। ਅਤੇ ਪ੍ਰਭਾਵੀ ਵਿਗਿਆਨ ਦਾ ਕੇਂਦਰ ਬਿੰਦੂ ਹੈ। ਇਸ ਲਈ ਅਝਾ ਕਰਨਾ ਨਾ ਕੇਵਲ ਤਰਕਪੂਰਨ ਹੈ, ਬਲਕਿ ਅਝਾ ਕਰਨਾ ਨਿਸ਼ਚਿਤ ਤੌਰ ਤੇ ਮਨੁੱਖੀ ਹੁਨਤੀ ਲਈ ਵੀ ਜ਼ਰੂਰੀ ਵੀ ਹੈ। ਜੇ ਰੋ ਤੁਸੀਂ ਇਸ ਫਲਸਫੀ ਨੂੰ ਆਤਮਸਾਥ ਕਰ ਲੋਗੇ ਤਾਂ ਤੁਹਾਡੇ ਕੋਲ ਉਨ੍ਹਾਂ ਬਹੁਤੇ ਲੋਕਾਂ ਨਾਲੋਂ ਜ਼ਿਆਦਾ ਗਿਆਨ ਹੋਵੇਗਾ। ਜੋ ਕਾਲਜ ਤੋਂ ਐਮਏ ਦੀ ਡਿਗਰੀ ਲੈ ਕੇ ਨਿਕਲਦੇ ਹਨ ਤੁਹਾਡੇ ਕੋਲ ਉਹ ਸਾਰਾ ਲਾਭਦਾਇਕ ਗਿਆਨ ਹੋਵੇਗਾ ਜੋ ਅਮਰੀਕਾ ਦੇ ਸਭ ਤੋਂ ਸਫਲ ਲੋਕਾਂ ਦੇ ਅਨੁਭਵਾਂ ਨਾਲ ਇਕੱਠਾ ਕੀਤਾ ਗਿਆ ਹੈ ਇਹ ਗਿਆਨ ਤੁਹਾਡੇ ਕੋਲ ਇੱਕ ਅਜਿਹੇ ਰੂਪ ਵਿੱਚ ਹੋਵੇਗਾ ਜਿਸ ਨੂੰ ਤੁਸੀਂ ਸਮਝ ਸਕਦੇ ਹੋ ਅਤੇ ਜਿਸ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਯਾਦ ਰੱਖੋ ਕਿ ਇਸ ਗਿਆਨ ਦੀ ਸਹੀ ਵਰਤੋਂ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਿਰਫ ਗਿਆਨ ਹੋਣ ਨਾਲ ਹੀ ਸਿਰਫ ਗਿਆਨ ਹੋਣ ਨਾਲ ਹੀ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ ਇਸ ਦੀ ਵਰਤੋਂ ਸਭ ਤੋਂ ਮਹੱਤਵਪੂਰਨ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ